ਕਿਸਾਨ ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਲ ਮਰਖਾਈ ਤੁਸੀਂ ਦੇਖ ਰਹੇ ਹੋ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਤੇ Facebook ਪੇਜ ਮੇਰਾ ਪੰਜਾਬ ਮੇਰਾ ਕਿਸਾਨ ਜੇਕਰ ਇਹ ਤੱਕ ਜੁਆਇਨ ਨਹੀਂ ਕੀਤੇ ਤਾਂ ਜੁਆਇਨ ਕਰ ਸਕਦੇ ਹੋ YouTube ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ Facebook ਨੂੰ ਫੋਲੋ ਕਰ ਸਕਦੇ ਹੋ ਕਿਸਾਨ ਦੋਸਤੋ ਇਸ ਸਮੇਂ ਬਹੁਤ ਸਾਰੇ ਕਿਸਾਨ ਵੀਰਾਂ ਦੇ ਇੱਕੋ ਸਵਾਲ ਹੀ ਆ ਰਿਹਾ ਹੈ ਕਿ ਫਟਾਰ ਕਿਵੇਂ ਕਰੇਗਾ ਕੋਈ ਇਹੋ ਜੀ ਦਵਾਈ ਦੱਸੋ ਜੀ ਨਾ ਝੋਨਾ ਫੋਟ ਕਰ ਸਕੇ ਤੇ ਇਹ ਜਿਹੜੀ ਕਿਸਾਨ ਦੀ ਸੋਚ ਹੈ ਕਿ ਝੋਨਾ ਫਟਾਰ ਕਿਵੇਂ ਕਰੇਗਾ ਝੋਨਾ ਬੂਟਾ ਕਿਵੇਂ ਵੱਧ ਮਾਰੇਗਾ ਇਸੇ ਨੂੰ ਹੀ ਧਿਆਨ ਚ ਰੱਖਦੇ ਹੋਏ ਬਹੁਤ ਸਾਰੇ ਵਿਅਕਤੀ ਤੁਹਾਡੇ ਤੱਕ ਪਹੁੰਚ ਰਹੇ ਐ ਜਿਹੜੇ ਹੁਣੇ ਹੀ ਥੱਲੇ ਤੁਹਾਨੂੰ ਕੀਟਨਾਸ਼ਕ ਦਵਾਈਆਂ ਪਵਾ ਰਹੇ ਐ ਕੋਈ ਤੁਹਾਨੂੰ ਉਲੀਨਾਸ਼ਕ ਪਾਊਡਰ ਪਵਾ ਰਿਹਾ ਐ ਕੋਈ ਤੁਹਾਨੂੰ ਜਿਹੜਾ ਹੈਗਾ ਬੂਸਟਰ ਪਵਾ ਰਿਹਾ ਹੈ ਮਤਲਬ ਕਿ ਐਸੇ ਸਮੇਂ ਤੋਂ ਖਸਾਨ ਦੀ ਜਿਹੜਾ ਹੈਗਾ ਠੱਗੀ ਦਾ ਕਿਸਾਨ ਨੂੰ ਗੁੰਮਰਾਹ ਕਰਨ ਦਾ ਕੰਮ ਚਾਲੂ ਹੋ ਗਿਆ ਹੈ ਤੇ ਇਹ ਚੀਜ਼ ਤੋਂ ਤੁਸੀਂ ਸੰਭਲ ਜਾਓ ਫੋਰਟ ਕਿਵੇਂ ਕਰੇਗਾ ਉਹਦੀ ਆਪਾਂ ਗੱਲ ਕਰਦੇ ਹਾਂ ਲੇਕਿਨ ਉਸ ਤੋਂ ਪਹਿਲਾਂ ਇੱਕ ਚੀਜ਼ ਦਾ ਧਿਆਨ ਹੋ ਰੱਖ ਲਓ ਕਿ ਜਿੰਨੀ ਦੇਰ ਤੱਕ ਝੋਨਾ ਆਪਣਾ ਬੂਟਾ ਧਰਤੀ ਨਹੀਂ ਲਗਾਉਂਦਾ ਉਨੇ ਦੇਰ ਤੱਕ ਤੁਹਾਡੇ ਖੇਤ ਦੇ ਵਿੱਚ ਉਲੀ ਰੋਗ ਆਉਣ ਦੇ ਚਾਂਸਸ ਬਹੁਤ ਘੱਟ ਹੋਣਗੇ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚੋ ਇਸ ਸਮੇਂ ਕਿਸੇ ਕਿਸਮ ਦਾ ਜਿਹੜਾ ਹੈਗਾ ਕੀੜਾ ਖੇਤ ਦੇ ਵਿੱਚ ਨਹੀਂ ਹੈਗਾ ਦਵਾਈਆਂ ਨਾ ਪਾਓ ਰਹੀ ਗੱਲ ਤਾਂ ਫਟਾਰ ਕਿਵੇਂ ਕਰੇਗਾ ਝੋਨਾ ਇਹ ਵੱਡਾ ਸਵਾਲ ਹੈ ਫਟਾਰ ਕਰਨ ਵਾਸਤੇ ਜਾਂ ਝੋਨੇ ਦੇ ਚੱਲਣ ਵਾਸਤੇ ਕੋਈ 12 ਚੀਜ਼ਾਂ ਦੇ ਲੋੜ ਨਹੀਂ ਹੁੰਦੀ ਇੱਕ ਚੀਜ਼ ਤੁਸੀਂ ਸਮਝੋ ਕਿ ਤੁਹਾਡੇ ਕੋਲ ਇੱਕ ਬੱਚਾ ਹੈ ਉਸ ਬੱਚੇ ਨੂੰ ਤੁਸੀਂ ਚਾਹੁੰਦੇ ਹੋ ਕਿ ਬੱਚਾ ਕੱਦ ਕਰੇ ਇਹ ਬੱਚਾ ਅੱਗੇ ਵਧੇ ਤਾਂ ਫਿਰ ਤੁਸੀਂ ਕੀ ਦਿੰਦੇ ਹੋ ਉਹਨੂੰ ਘਿਓ ਦਿੰਦੇ ਹੋ ਮੱਖਣ ਦਿੰਦੇ ਹੋ ਪੰਜੀਰੀ ਬਣਾ ਕੇ ਦਿੰਦੇ ਹੋ ਖਾਣ ਪੀਣ ਨੂੰ ਤਾਕਤ ਵਾਲੀਆਂ ਚੀਜ਼ਾਂ ਦਿੰਦੇ ਹੋ ਕਦੇ ਤੁਸੀਂ ਇਹ ਕਿਹਾ ਕਿ ਯਾਰ ਆਪਣਾ ਜਵਾਕ ਕੱਦ ਪੂਰਾ ਵੱਧ ਕਰ ਜੇ ਡਾਕਟਰ ਤੋਂ ਦੋ ਟੀਕੇ ਲਵਾ ਲਿਆ ਕਦੇ ਤੁਸੀਂ ਕਿਹਾ ਕਿ ਅਰਤੁਲੀ ਵਾਲਾ ਪਾਊਡਰ ਲਾ ਦੀਏ ਕਰਦ-ਵਦ ਕਰ ਜੇ ਜਦੋਂ ਵੀ ਤੁਸੀਂ ਕਿਸੇ ਕਮਜ਼ੋਰ ਬੰਦੇ ਨੂੰ ਮਿਲਦੇ ਹੋ ਤੁਸੀਂ ਨੂੰ ਕੀ ਕਹਿੰਦੇ ਹੋ ਕਾਕਾ ਖਾਇਆ ਪੀਆ ਕਰ ਕੁਝ ਖਾ ਆ ਪੀ ਲਿਆ ਕਰੋ ਕਰਦੇ ਨੂੰ ਖਵਾ ਦਿਆ ਕਰੋ ਕੁਝ ਕਰਦੇ ਕਹਿੰਦੇ ਖਵਾਈਏ ਕੀ ਖਾਂਦਾ ਹੀ ਨਹੀਂ ਤਾਂ ਐਸੇ ਤਰੀਕੇ ਦੇ ਨਾਲ ਜਿਹੜਾ ਝੋਨੇ ਦਾ ਬੂਟਾ ਹੈਗਾ ਉਹਨੂੰ ਟਾਈਮ ਸਰ ਖਾਦਾ ਦੇਣੀਆਂ ਜ਼ਰੂਰੀ ਹੈ ਜੇ ਟਾਈਮ ਸਰ ਖਾਦਾਂ ਦਿਓਗੇ ਤਾਂ ਝੋਨੇ ਦੇ ਬੂਟੇ ਦਾ ਫਟਾਵ ਬਹੁਤ ਚੰਗਾ ਹੋਏਗਾ ਝੋਨਾ ਬਹੁਤ ਸੋਹਣਾ ਚੱਲੇਗਾ ਤੇ ਜੇ ਖਾਦਾਂ ਟਾਈਮ ਸਰ ਤੇ ਸਹੀ ਤਰੀਕੇ ਨਾਲ ਨਾ ਪਾਈਆਂ ਗਈਆਂ ਫੇਰ ਭਾਵੇਂ ਤੁਸੀਂ ਜੋ ਮਰਜ਼ੀ ਪਾ ਲਓ ਫਿਰ ਹਿਊਮਿਕ ਐਸਿਡ ਪਾ ਲਓ ਫਿਰ ਤੁਸੀਂ ਬਾਹਰ ਸਪਰੇ ਪਾ ਲਓ ਫਿਰ ਪੋਟਾਸ਼ ਸਪਰੇ ਪਾ ਦਿਓ ਫਿਰ ਲਾਲਜੀ ਪਾ ਲਓ ਜੋ ਮਰਜ਼ੀ ਪਾ ਲਓ ਹੋਣਾ ਕੱਖ ਵੀ ਨਹੀਂ ਹੈਗਾ ਸ਼ਰਾਬ ਦਾ ਪੈਗ ਲਾ ਕੇ ਇੱਕ ਵਾਰੀ ਵਿਅਕਤੀ ਜ਼ਰੂਰ ਚਾ ਸਕਦਾ ਹੈ ਲੇਕਿਨ ਉਹ ਪਹਿਲਵਾਨੀ ਬਣ ਸਕਦਾ ਸਵੇਰੇ ਉੱਠ ਕੇ ਫੇਰ ਉਹਦੇ ਹਾਲਾਤ ਉਹੀ ਹੋਣੇ ਬਲਕਿ ਸਿਰ ਹੋਰ ਦੁਖਣਾ ਹੈ ਤੇ ਹੈਂਗਓਵਰ ਉਤਾਰਨ ਵਾਸਤੇ ਉਹਨੂੰ ਕੁਛ ਨਾ ਕੁਛ ਹੋਰ ਲੈਣਾ ਪੈਣਾ ਹੈ ਐਸੇ ਤਰੀਕੇ ਨਾਲ ਤੁਸੀਂ ਫਸਲ ਦੇ ਵਿੱਚ ਨਸ਼ੇ ਵਾਲਾ ਕੰਮ ਨਾ ਕਰੋ ਉਹਨੂੰ ਖਾਦਾਂ ਪਾਉਣੀਆਂ ਉਹ ਸਹੀ ਤਰੀਕਾ ਨਾਲ ਪਾਓ ਤਾਂ ਵੇ ਕੀ ਕੀ ਦੇ ਸਕਦੇ ਆਂ ਪਹਿਲੀ ਗੱਲ ਦੇਖੋ ਝੌਨੇ ਦੀ ਫਸਲ ਦੇ ਵਿੱਚ ਆਪਾਂ ਨੂੰ ਕੀ ਕੀ ਚਾਹੀਦਾ ਹੁੰਦਾ ਹੈ ਨੰਬਰ 1 ਤੇ ਪੋਟਾਸ਼ ਚਾਹੀਦੀ ਹੈ ਜੇ ਮਿੱਟੀ ਦੇ ਵਿੱਚ ਘਾਟ ਹੈ ਤਾਂ ਪੋਟਾਸ਼ ਆਪਾਂ ਪਾਵਾਂਗੇ ਨੰਬਰ 2 ਤੇ ਜੇਕਰ ਕਣਕ ਨੂੰ ਤੁਸੀਂ ਡਾਇਆ ਖਾਦ ਪੂਰੀ ਨਹੀਂ ਪਾਈ ਫਿਰ ਜਿੰਨੀ ਕਣਕ ਨੂੰ ਡਾਇਆ ਘੱਟ ਪਈ ਹੈ ਆਮ ਤੌਰ ਤੇ 55 ਕਿਲੋ ਰਿਕਮੈਂਡਡ ਹੈ ਮੈਂ ਕਹਿੰਨਾ ਕਿ ਇੱਕ ਆਮ ਜੀਵਨ ਦਾ 65 ਕਿਲੋ ਤੱਕ ਡਾਇਆ ਪਾਉਂਦੇ ਆ ਜੇ 65 ਕਿਲੋ ਤੋਂ ਜਿੰਨੀ ਘੱਟ ਹੈਗੀ ਹੈ ਉੰਨੀ ਤੁਸੀਂ ਜਿਹੜਾ ਹੈਗਾ ਉਹਨੂੰ ਪਾ ਸਕਦੇ ਹੋ ਯੂਰੀਆ ਪਾਉਣੀ ਹੈ ਜ਼ਿੰਕ ਪਾਉਣੀ ਹੈ ਕਿਸਾਨ ਦੇ ਅੰਦਰ ਸਵਾਲ ਇਹ ਹੁੰਦਾ ਕਿ ਪਾਈਏ ਕਦੋਂ ਅਸਰਜ ਕੀ ਹੈ ਕਿ ਆਪਾਂ ਝੋਨਾ ਲਾਉਂਦੇ ਰਹਿੰਨੇ ਆ 8-8 10 ਦਿਨ ਤੱਕ ਚੀਜ਼ਾਂ ਆਪਾਂ ਪਾਉਂਦੇ ਹੀ ਨਹੀਂ ਤੇ ਫਟਾਰਕਾ ਦੀ ਹੋਣੀ ਹੈ ਤੇ ਫਟਾਰ ਕਰਾਉਣ ਦੇ ਲਈ ਸਭ ਤੋਂ ਪਹਿਲਾਂ ਵੱਡੀ ਗੱਲ ਇਹ ਹੈਗੀ ਹੈ ਕਿ ਤੁਸੀਂ ਖੇਤ ਜੋ ਵੀ ਚੀ ਪਾਉਣੀ ਚਾਹੁੰਦੇ ਹੋ ਤੁਸੀਂ ਸਲਫਰ ਪਾਉਣੀ ਚਾਹੁੰਦੇ ਹੋ ਜਾਂ ਪਾਉਨੇ ਹੋ ਤਾਂ ਝੋਨਾ ਲੱਗਣ ਤੋਂ ਇੱਕ ਹਫ਼ਤੇ ਦੇ ਵਿੱਚ ਤੁਹਾਡੀ ਸਲਫਰ ਪੈ ਜਾਣੀ ਚਾਹੀਦੀ ਹੈ ਤੁਸੀਂ ਜ਼ਿੰਕ ਪਾਉਨੇ ਹੋ ਤਾਂ ਤੁਹਾਡੀ ਜ਼ਿੰਕ ਜਿਹੜੀ ਹੈਗੀ ਹੈ ਝੋਨਾ ਲੱਗਣ ਤੋਂ ਜਿਹੜਾ ਹੈਗਾ ਇੱਕ ਹਫ਼ਤੇ ਦੇ ਵਿੱਚ ਉਹ ਜ਼ਿੰਕ ਪੈ ਜਾਣੀ ਚਾਹੀਦੀ ਕਿਉਂਕਿ 15 ਦਿਨ ਤੋਂ ਬਾਅਦ ਚ ਜ਼ਿੰਕ ਦੀ ਘਾਟ ਹੋਣੀ ਸ਼ੁਰੂ ਹੋ ਜਾਣੀ ਹੈ ਸਾਰੀ ਡੀਐਪੀ ਸਾਰੀ ਪोटाश ਸਾਰੀ ਜ਼ਿੰਕ ਇਹ ਸ਼ੁਰੂਆਤੀ ਸਮੇਂ ਦੇ ਵਿੱਚ ਹੀ ਪੈ ਜਾਣੀ ਚਾਹੀਦੀ ਹੈ ਸਲਫਰ ਵੀ ਸ਼ੁਰੂਆਤੀ ਸਮੇਂ ਦੇ ਵਿੱਚ ਪੈ ਜਾਣੀ ਚਾਹੀਦੀ ਹੈ ਇੱਥੋਂ ਤੱਕ ਕਿ ਯੂਰੀਆ ਦੀ ਜਿਹੜੀ ਪਹਿਲੀ ਡੋਜ਼ ਹੈਗੀ ਹੈ ਉਹ ਤੁਸੀਂ ਝੋਨਾ ਲਾਉਣ ਦੇ 7 ਦਿਨ ਦੇ ਵਿੱਚ ਵਿੱਚ ਪਾ ਦੇਣੀ ਹੈ ਵੈਸੇ ਸਹੀ ਤਰੀਕਾ ਤੇ ਹੈਗਾ ਕਿ ਜਿੰਨੀ ਤੁਸੀਂ ਖੇਤ ਦੇ ਵਿੱਚ ਇਹ ਪੋਟਾਸ਼ ਪਾਣੀ ਹੈ ਜਿੰਨੀ ਤੁਸੀਂ ਫਾਸਫੋਰਸ ਪਾਣੀ ਹੈ ਇਹ ਤੁਸੀਂ ਕੱਦੂ ਦੀ ਆਖਰੀ ਵਾਈ ਦੇ ਵਿੱਚ ਹੀ ਪਾ ਦੇਵੋ ਫਿਰ ਵੀ ਫਾਸਫੋਰਸ ਜਿਹੜੀ ਹੈਗੀ ਹੈ ਜਾਂ ਡੀਏਪੀ ਹੈ ਜਾਂ ਸੁਪਰ ਖਾਦ ਹੈ ਇਹ ਤੁਸੀਂ ਖੇਤ ਚ ਪਨੀਰੀ ਪਟਕੇ ਲਾਉਣ ਤੋਂ ਤਿੰਨ ਹਫ਼ਤਿਆਂ ਦੇ ਵਿੱਚ ਵਿੱਚ ਪਾ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਪਰੰਤੂ ਜ਼ਿਆਦਾ ਰਿਜ਼ਲਟ ਤਾਂ ਆਊਗਾ ਜੇ ਤੁਸੀਂ ਇਹਨੂੰ ਜਿਹੜਾ ਹੈਗਾ ਕਦੂ ਦੀ ਆਖਰੀ ਵਾਹੀ ਦੇ ਵਿੱਚ ਪਾ ਦਿਓ ਤੇ ਯੂਰੀਆ ਤੁਸੀਂ ਜਿਹੜਾ ਹੈਗਾ 7 ਦਿਨ ਦੇ ਵਿੱਚ ਵਿੱਚ ਝੋਨਾ ਲਾਉਣ ਤੋਂ 7 ਦਿਨ ਦੇ ਵਿੱਚ ਯੂਰੀਆ ਪਾਉਗੇ ਤਾਂ ਤੁਹਾਡਾ ਝੋਨਾ 100% ਚੱਲੇਗਾ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰੋਗੇ ਫਿਰ ਬਾਜ਼ਾਰੋਂ ਲਿਆ ਕੇ ਜੋ ਮਰਜੀ ਪਾਈਓ ਝੋਨਾ ਨਹੀਂ ਚੱਲੇਗਾ ਵੱਡਾ ਧਿਆਨ ਰੱਖਣਾ ਕਿ ਪਹਿਲੇ 15 ਦਿਨ ਅਸੀਂ ਝੋਨੇ ਦੇ ਵਿੱਚ ਪਾਣੀ ਭਰ ਕੇ ਰੱਖਣਾ ਹੈ 15 ਦਿਨ ਪਾਣੀ ਭਰ ਕੇ ਰੱਖਣਾ ਹੈ ਉਸ ਤੋਂ ਬਾਅਦ ਹਵਾਲ-ਵਾਲ ਵਾਕੇ ਪਾਣੀ ਦੇਣਾ ਹੈ ਪਹਿਲੀ ਯੂਰੀਆ ਤੁਸੀਂ 7 ਦਿਨ ਤੇ ਦੇ ਦਿੱਤੀ ਹੈ ਜਾ ਸਤਿਆਂ ਦੇ ਵਿੱਚ ਵਿੱਚ ਦੇ ਦਿੱਤੀ ਐ ਜੇ ਤਾਂ ਤੁਸੀਂ ਬੋਰੀ ਬੋਰੀ ਪਾਉਣੇ ਹੋ ਦੂਜੀ ਜਿਹੜੀ ਹੈਗੀ ਐ ਉਹ 21 ਦਿਨਾਂ ਤੇ ਪਾਉਂਗੇ ਠੀਕ ਐ ਘੱਟ ਸਮਾਂ ਲੈਣ ਵਾਲੀਆਂ ਜਿਹੜੀਆਂ ਕਿਸਮਾਂ 126 ਵਗੈਰਾ ਇਹਦੇ ਆਖਰੀ ਯੂਰੀਆ 30 32 ਦਿਨ ਦੇ ਵਿੱਚ ਵਿੱਚ ਪੂਰੀ ਕਰ ਦਿਆਂਗੇ ਆਪਾਂ ਜਿਹੜੀਆਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਹੈਗੀਆਂ ਉਹਨਾਂ ਦੀ ਖੀਦਰੀ ਯੂਰੀਆ 40 42 ਦਿਨ ਤੇ ਪਾਵਾਂਗੇ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਪਹਿਲੀ ਯੂਰੀਆ ਦਾ ਤੁਸੀਂ ਜਿਹੜਾ ਹੈਗਾ ਪਾਣੀ ਦੇ ਵਿੱਚ ਹੀ ਪਾ ਦਿੱਤੀ ਹੈ ਲੇਕਿਨ ਇਸ ਤੋਂ ਬਾਅਦ ਵਾਲੀਆਂ ਜਿਹੜੀਆਂ ਯੂਰੀਆ ਖਾਦ ਪਾਉਣੀ ਹੈ ਉਸ ਸਮੇਂ ਖੇਤ ਦੇ ਪਾਣੀ ਨਾ ਖੜਾ ਹੋਵੇ ਤੇ ਝੋਨਾ ਵਧੀਆ ਚੱਲੇਗਾ ਯਾਰ ਫੌਟ ਕਰਾਉਣ ਦਾ ਇੱਕੋ ਹੀ ਤਰੀਕਾ ਹੁੰਦਾ ਹੈ ਕਿ ਝੋਨੇ ਨੂੰ 15 ਦਿਨ ਬਾਅਦ ਜਿਹੜਾ ਪਾਣੀ ਲਾਉਣਾ ਹਵਾਲਾ ਵਾਕੇ ਲਈ ਜਾਓ ਤੁਹਾਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਹੁਣ ਹੁੰਦਾ ਕੀ ਹੈ ਕਿ ਕਿਸਾਨ ਵੀ ਗਲਤੀ ਇਹ ਕਰਦੇ ਆ ਕਿ ਪਾਣੀ ਲਗਾਤਾਰ ਯਾਰਾ ਪਰ ਕੇ ਰੱਖਦੇ ਆ ਤਾਂ ਫੇਰ ਜਿਹੜਾ ਹੈਗਾ ਉਸ ਤੋਂ ਬਾਅਦ ਜਿਹਨੂੰ ਕਦੇ ਜਿਹੜਾ ਹੈਗਾ ਉਲੀ ਨਾਸ਼ਕ ਪਾਉਣਾ ਪੈਂਦਾ ਕਦੇ ਕੁਛ ਪਾਉਣਾ ਪੈਂਦਾ ਗਲਤੀ ਇੱਥੇ ਇਹ ਹੈ ਕਿ ਜੇ ਪਾਣੀ ਦੀ ਮੈਨੇਜਮੈਂਟ ਸਹੀ ਕਰ ਲਈ ਤਾਂ ਦੋਵੇਂ ਚੀਜ਼ਾਂ ਠੀਕ ਹੋ ਗਈਆਂ ਨਾਲੇ ਧਰਤੀ ਦਾ ਪਾਣੀ ਬਚਿਆ ਨਾਲ ਝੋਨਾ ਠੀਕ ਹੋਇਆ ਤਾਂ ਇਸ ਚੀਜ਼ ਦਾ ਧਿਆਨ ਤੁਸੀਂ ਆਪਣਾ ਰੱਖਿਓ ਜੀ ਹੁਣ ਮੈਂ ਦੁਬਾਰਾ ਫੇਰ ਦੱਸਣਾ ਚਾਹਾਂਗਾ ਕਿ ਜਿਹੜੀ ਯੂਰੀਆ ਹੈਗੀ ਹੈ 26 ਅਰਗੀਆਂ ਕਿਸਮਾਂ ਇਹਨਾਂ ਨੂੰ 30-32 ਦਿਨ ਦੇ ਵਿੱਚ ਪੂਰੀ ਕਰਨੀ ਹੈ ਜਿਹੜੀਆਂ ਬਾਕੀ ਕਿਸਮਾਂ ਉਹਨਾਂ ਨੂੰ 42 ਦਿਨ ਦੇ ਵਿੱਚ ਯੂਰੀਆ ਪੂਰੀ ਕਰਨੀ ਹੈ ਤੇ ਜਿਹੜੀ ਯੂਰੀਆ ਦੀ ਸ਼ੁਰੂਆਤ ਹੈ ਉਹ ਤੁਸੀਂ ਜਿਹੜਾ ਹੈਗਾ ਝੋਨਾ ਲਾਉਣ ਤੋਂ 7 ਦਿਨ ਦੇ ਵਿੱਚ ਵਿੱਚ ਯੂਰੀਆ ਪਾਉਣ ਦਾ ਕੰਮ ਸ਼ੁਰੂ ਕਰ ਦੇਣਾ ਜਿੰਨੀ ਡੀਏਪੀ ਪਾਉਣੀ ਹੈ ਜਿੰਨੀ ਪੋਟਾਸ਼ ਪਾਉਣੀ ਹੈ ਜਿੰਨੀ ਸਲਫਰ ਪਾਉਣੀ ਹੈ ਇਹ ਕੋਸ਼ਿਸ਼ ਕਰੋ ਕਿ ਕਦੂ ਦੀ ਆਖਰੀ ਵਾਈ ਦੇ ਵਿੱਚ ਪੈ ਜਾਵੇ ਜਿਹੜੀ ਜ਼ਿੰਕ ਹੈ ਜ਼ਿੰਕ ਤੁਸੀਂ ਜਿਹੜਾ ਹੈਗਾ ਪਹਿਲੇ ਯੂਰੀਆ ਦੇ ਨਾਲ ਮੱਕੇ ਝੋਨਾ ਲਾਉਣ ਤੋਂ 7-8 ਦਿਨ ਦੇ ਵਿੱਚ ਵਿੱਚ ਮੈਂ ਨਹੀਂ ਕਹਿੰਦਾ ਲਾਓ ਆਢ-ਆਢ ਵੀ ਪਾ ਸਕਦੇ ਹਾਂ ਤਾ 7-8 ਦਿਨ ਦੇ ਵਿੱਚ ਵਿੱਚ ਜ਼ਿੰਕ ਪੈ ਜਾਣੀ ਚਾਹੀਦੀ ਹੈ ਕਿਉਂਕਿ 15 ਦਿਨ ਤੋਂ ਬਾਅਦ ਜ਼ਿੰਕ ਦੀ ਘਾਟ ਆਊਗੀ। ਤਾਂ ਇਹਨਾਂ ਚੀਜ਼ਾਂ ਦੇ ਨਾਲ ਠੋਡਾ ਝੋਨਾ ਬੜਾ ਸੋਹਣਾ ਚੱਲੇਗਾ। ਇਹੋ ਜੀ ਕੋਈ ਗੱਲ ਹੀ ਨਹੀਂ ਹੋਈਗੀ ਕਿ ਝੋਨਾ ਨਹੀਂ ਚੱਲੇਗਾ। ਆਹ ਝੋਨਾ ਇੱਕੋ ਹੀ ਝੋਨਾ ਇੱਕ ਆ ਨਾਂ ਲੱਗਿਆ ਹੋਇਆ ਤੁਸੀਂ ਦੇਖੀ ਜਾਂਦੇ ਹੋ ਤੇ ਦੂਸਰਾ ਝੋਨਾ ਜਿਹੜਾ ਹੈਗਾ 4 ਦਿਨ 5 ਦਿਨ ਬਾਅਦ ਚਲਾਇਆ ਇਹਦੇ ਨਾਲ ਦਾ ਤੇ ਜਿਹੜਾ ਝੋਨਾ ਕੁਝ ਦਿਨ ਪਹਿਲਾਂ 4-5 ਦਿਨ ਪਹਿਲਾਂ ਲੱਗਿਆ ਉਹ ਝੋਨਾ ਬੜਾ ਸੋਹਣਾ ਚੱਲ ਪਿਆ ਹੈ। ਕਾਰਨ ਕੀ ਹੈ ਕਿ ਉਹਨੂੰ ਖਾਦ ਮਿਲ ਗਈ ਨਾਲ ਦੀ ਨਾਲ। ਨਾਲ ਦੇ ਨਾਲ ਯੂਰੀਆ ਮਿਲ ਗਈ ਹੈ ਪਰੰਤੂ ਜੇ ਅਸੀਂ ਇਹ ਚੀਜ਼ਾਂ ਕਰਾਂਗੇ ਤਾਂ ਉਸ ਸਮੇਂ ਸਹੀ ਤਰੀਕੇ ਨਾਲ ਸਾਨੂੰ ਖਾਦਾਂ ਦੇਵਾਂਗੇ ਸਹੀ ਟਾਈਮ ਤੇ ਦੇਵਾਂਗੇ ਤਾਂ ਝਾੜ ਪੂਰਾ ਆਏਗਾ ਹੁਣ ਕਈ ਵੀ ਲੋਹਾ ਥੱਲੇ ਪਾਈ ਜਾਂਦੇ ਐ ਲੋਹੇ ਦੀ ਘਾਟ ਹੈ ਤਾਂ ਲੋਹੇ ਦਾ ਸਪਰੇ ਹੋਣਾ ਲੋਹੇ ਦੇ ਪੈਸੇ ਥੱਲੇ ਪਾ ਕੇ ਖਰਾਬ ਨਾ ਕਰੋ ਤੇ ਇੱਕ ਆ ਵੇਹ ਬਾਹਰ ਕੱਢ ਦਿਓ ਕਿ ਹਰ ਵਾਰ ਯੂਰੀਆ ਦੇ ਨਾਲ ਕੁਝ ਪਾਉਣਾ ਹੀ ਪਾਉਣਾ ਹੈ ਯੂਰੀਆ ਇਕੱਲੀ ਪਾਓ ਜੇ ਕੋਈ ਲੱਛਣ ਹੋਊਗਾ ਜੋ ਕਿ ਘਾਟ ਹੋਏਗੀ ਉਸ ਹਿਸਾਬ ਨਾਲ ਆਪਾਂ ਕੋਈ ਚੀਜ਼ ਖੇਚ ਪਾਵਾਂਗੇ ਪਰੰਤੂ ਕਿਸੇ ਚੀਜ਼ ਦੀ ਲੋੜ ਨਹੀਂ ਪੈਗੀ ਤੇ ਗਮਰਾਹ ਕਰਨ ਪ੍ਰਚਾਰ ਜਿਹੜਾ ਹੁਣ ਹੋਏਗਾ ਉਹ ਤੋਂ ਬਚ ਕੇ ਰਹੋ ਜੋ ਖਾਦਾਂ ਪੂਰੀਆਂ ਕਰ ਲੋ ਐਵੇਂ ਨਾ ਕੀਟਨਾਸ਼ਕ ਉਲੀਨਾਸ਼ਕ ਜਾਂ ਫਟਾਰ ਦੇ ਨਾਂ ਤੇ ਹੋਰ ਚੀਜ਼ਾਂ ਪਾਉਣੀਆਂ ਸ਼ੁਰੂ ਕਰ ਦਿਓ ਜੋ ਉਹਦਾ ਤੁਹਾਨੂੰ ਕੀ ਬਹੁਤਾ ਫਾਇਦਾ ਹੋਣ ਵਾਲਾ ਨਹੀਂ ਹੈ